ਹੁਣ ਉਹ ਦੇਸੀ ਘਿਓ ਦੀਆਂ ਖੁਰਾਕਾਂ ਕਿੱਥੇ ਲੱਭਦੀਆਂ। ਇੱਕ ਟਾਈਮ ਹੁੰਦਾ ਸੀ ਜਦੋਂ ਮੈਂ ਦੇਸੀ ਘਿਓ ਦੇ ਕੇਕ ਖਾਂਦਾ ਹੁੰਦਾ ਸੀ। ਇਹ ਤੁਸੀਂ ਮੀਨੀਓ ਕੱਢ ਕੇ ਵੇਖਦੇ ਜੇ ਤੇ ਮੈਂ ਸ਼ੈਵਾਂ ਲੈ ਵੀ ਆਇਆ ਤੁਹਾਡੇ ਲਈ। ਤੁਹਾਡੇ ਸਾਰਿਆਂ ਵਾਸਤੇ ਮੈਂ ਲੈ ਕੇ ਆਇਆ ਖੰਡਾਂ ਦੇ ਖਿਡਾਉਣੇ। ਇਹ ਵਾ ਪਹਾੜੀ ਸੰਘਾੜਾ, ਇਹ ਅਸੀਂ 2 ਮਹੀਨੇ ਪਹਿਲਾਂ ਹੀ ਤੁਹਾਡੇ ਲਈ ਮੰਗਵਾ ਕੇ ਰੱਖ ਲਿਆ ਸੀ। ਤੇ ਇਹ ਸਪੈਸ਼ਲ ਲਬ ਰੋਟੀ ਹੈ ਜਿਹਨੂੰ ਖਾ ਕੇ ਦਿਲ ਮਜ਼ਬੂਤ ਹੋ ਜਾਂਦਾ। ਤੇ ਇਸ ਤੋਂ ਬਾਅਦ ਜਿਹੜੀ ਸਾਡੀ ਸਪੈਸ਼ਲ ਕੇਕ ਦੀ ਆਈਟਮ ਹੈ, ਆਓ ਤੁਹਾਨੂੰ ਉਹਦੇ ਲੈ ਕੇ ਚੱਲਦੇ ਆ। ਇਹ ਮਿੱਠਾ ਵਾ ਕੀ ਮਿੱਠਾ? ਇਹ ਸਾਰਾ ਖਾ ਕੇ ਪਤਾ ਚੱਲਦਾ, ਉਂਝ ਨਹੀਂ ਪਤਾ ਚੱਲਦਾ। ਪੂਰਾ ਚੈੱਕ ਤੇ ਕਰਾ। ਲੈ ਤੂੰ ਤੇ ਆ ਵੱਡੇ ਵੱਡੇ ਹੋਟਲਾਂ 'ਚ ਜਾ ਕੇ ਦੇਸੀ ਕੇਕ ਖਾਣਾ, ਤੈਨੂੰ ਇਹਦੇ ਨਾਲ ਕੀ ਹੈ? ਜਾ ਹੁਣ ਵੀ ਹੋਟਲ 'ਚ ਜਾ ਕੇ ਖਾ। ਉਹ ਤੈਨੂੰ ਕੀ ਦੱਸਾਂ, ਹੋਟਲ 'ਚ ਜਾ ਕੇ ਮੇਰੇ ਨਾਲ ਕੀ ਹੋਈ? ਉਹ ਕੇਕ ਰਹਿਣ ਦਿਓ, ਗੁੱਸਾ ਰਾਤੀ ਦੇ ਦਿਓ, ਮੈਂ ਭੁੱਖਾ ਮਰ ਚੱਲਾਂ। ਮਰ ਜਾ।